ਕਿਸਾਨ ਜੀ ਤੁਹਾਨੂੰ ਲੱਖ ਲੱਖ ਮੁਬਾਰਕਾਂ ਜਿਨ੍ਹਾਂ ਦਾ ਕੋਈ ਸਾਡੇ ਕੋਲ ਲਫ਼ਜ਼ ਨਹੀਂ ਜਿਨ੍ਹਾਂ ਦਾ ਤੁਹਾਡਾ ਜ਼ਿਕਰ ਕਰੀਏ ਵੀ ਤੁਸੀਂ ਐਡੀ ਵੱਡੀ ਕੁਰਬਾਨੀ ਕੀਤੀ ਐਡਾ ਵੱਡਾ ਸੰਘਰਸ਼ ਲੜਿਆ ਜਿੱਤ ਪ੍ਰਾਪਤ ਕੀਤੀ ਇੰਨੇ ਤੁਹਾਡਾ ਲੋਕਾਂ ਨੇ ਸਾਥ ਦਿੱਤਾ ਅਸੀਂ ਬਹੁਤ ਬਹੁਤ ਪ੍ਰੈਸ ਵੱਲੋਂ ਧੰਨਵਾਦ ਕਰਦੇ ਹਾਂ ਅੱਜ ਦੇ ਇਸ ਸੰਘਰਸ਼ ਬਾਰੇ ਤੁਹਾਡਾ ਕੀ ਕਹਿਣਾ ਜੀ ਦੇਖੋ ਹਮੇਸ਼ਾ ਵਾਸਤੇ ਲੀਡਰਸ਼ਿਪ ਸੇਧ ਦਿੰਦੀ ਹੁੰਦੀ ਹੈ ਅੰਦੋਲਨ ਲੋਕ ਲੜਦੇ ਹੁੰਦੇ ਨੇ ਉਹਨਾਂ ਦੇ ਸਿਰ ਤੇ ਮਤਲਬ ਲੋਕਾਂ ਦੇ ਲੜਨ ਵਾਲੇ ਲੋਕਾਂ ਦੇ ਸਿਰ ਤੇ ਜ਼ਿੰਮੇਵਾਰੀ ਹੁੰਦੀ ਹੈ ਸਮਾਨ ਲਿਜਾਣਾ ਖੁਰਾਕ ਲਿਜਾਣੀ ਪੈਸਾ ਇਕੱਠਾ ਕਰਨਾ ਇਸ ਅੰਦੋਲਨ ਨੂੰ ਜਿੱਤਣ ਦੇ ਵਧਾਈ ਦੇ ਪਾਤਰ ਭਾਰਤ ਦੇ ਲੋਕ ਨੇ ਕਿਰਤੀ ਲੋਕ ਨੇ ਦੂਸਰਾ ਸਾਰੀਆਂ ਸੰਸਥਾਵਾਂ ਨੇ ਜਿਹੜੀ ਸਾਡੀ ਮਦਦ ਕੀਤੀ ਹੈ ਮੈਂ ਸੰਯੁਕਤ ਮੋਰਚੇ ਵੱਲੋਂ ਧੰਨਵਾਦ ਕਰਦਾ ਖਾਸ ਕਰਕੇ ਪ੍ਰੈਸ ਜਿਹੜੀ ਸਾਡੀ ਹਮਾਇਤੀ ਦੀ ਸਾਰੇ ਵਿਦੇਸ਼ਾਂ ਸਾਡੀ ਗੱਲ ਪਹੁੰਚਾਈ ਤਾਂ ਉੱਥੋਂ ਸਾਡੇ ਉੱਪਰ ਫੰਡ ਆਇਆ ਇਹੀ ਮੈਂ ਵਧਾਈ ਦਿੰਦਾਗਾ ਅੰਦੋਲਨ ਬੜੀ ਸੂਝਬੂਝ ਦੇ ਨਾਲ ਜਿੱਤ ਕੇ ਆਏ ਹਾਂ ਇਹ ਸਾਡੀ ਜੇ ਕਹਿੰਦੇ ਦੂਸਰੀ ਆਜ਼ਾਦੀ ਹੈ ਆਜ਼ਾਦੀ ਦੀ ਲੜਾਈ ਹੈ ਦੂਸਰੀ ਅਸੀਂ ਲੜ ਰਹੇ ਹਾਂਗੇ ਕਿੰਨੇ ਚਿਰ ਅਸੀਂ ਨੂੰ ਸਿਰੇ ਲਾ ਲੈਂਦੇ ਹਾਂ ਉਹ ਅਗਲਾ ਸਮਾਂ ਦੱਸੂਗਾ ਕਿਵੇਂ ਜੀ ਹਾਂ ਅਗਲਾ ਐਕਸ਼ਨ ਮੀਟਿੰਗਾਂ ਹੋ ਰਹੀਆਂ ਨੇਗੀਆਂ ਆ ਬੋਸ ਨੇ ਬੋਲ ਹੀ ਦਿੱਤਾ ਕੱਲ੍ਹ ਨੂੰ ਮੀਟਿੰਗ ਆ ਸਾਡੀ ਇੱਕ ਉਹ ਮੀਟਿੰਗਾਂ ਕਰ ਰਹੇ ਹਾਂ ਮੀਟਿੰਗਾਂ 'ਚੋਂ ਕੀ ਨਿਕਲਦਾ ਰਾਜਨੀਤੀ ਬਾਰੇ ਵੀ ਸੋਚਾਂਗੇ ਸੰਘਰਸ਼ ਬਾਰੇ ਵੀ ਸੋਚਾਂਗੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਂ ਬਹੁਤ ਸੀਮਿਤ ਹੈ ਗੱਲਾਂ ਜ਼ਿਆਦਾ ਕਰਨੀਆਂ ਦੀਆਂ ਚਲੋ ਠੀਕ ਆ ਮੈਂ ਪਹਿਲਾਂ ਇੱਥੇ ਅੰਦੋਲਨ ਚੱਲੇ ਨੂੰ ਅੱਜ 14 ਮਹੀਨਿਆਂ ਦੇ ਲਗਭਗ ਹੋ ਗਿਆ ਤੇ ਇੱਥੋਂ ਵੱਡਾ ਅੰਦੋਲਨ ਦਿੱਲੀ ਦੇ ਹੱਦਾਂ ਤੇ ਚੱਲਿਆ ਗਿਆ ਤੇ ਉਹ ਸਾਲ ਲਾ ਕੇ ਆਇਆ ਹੈ ਬਹਾਦਰ ਸਾਡੇ ਲੜਨ ਵਾਲੇ ਲੋਕ ਅਸੀਂ ਦਿੱਲੀ ਦੀਆਂ ਹੱਦਾਂ ਤੇ ਚਲੇ ਗਏ ਵੱਡੀ ਇੱਕ ਮੇਰੀ ਬੇਨਤੀ ਹੈ ਵੀ ਜਿਹੜੇ ਸਾਥੀਆਂ ਨੂੰ ਸਟੇਜ ਤੇ ਬੁਲਾ ਕੇ ਬਿਠਾਇਆ ਗਿਆ ਸੀ ਉਹੀ ਬੈਠਣ ਤੋਂ ਹੋਰ ਨਾ ਬੈਠੇ ਬੇਨਤੀ ਪ੍ਰਵਾਨ ਕਰ ਸਕਦੇ ਅਸੀਂ ਦਿੱਲੀ ਦੀਆਂ ਹੱਦਾਂ ਤੇ ਚਲੀ ਗਈ ਵੱਡੀ ਲੀਡਰਸ਼ਿਪ ਸਾਰੀ ਆਪਣੀਆਂ ਫੌਜਾਂ ਨੂੰ ਲੈ ਕੇ ਸਾਰੇ ਪੰਜਾਬ ਦੇ ਵਿੱਚ 32 ਜਥੇਬੰਦੀਆਂ ਨੇ ਮੈਂ ਖਾਸ ਕਰਕੇ ਹੁਣ 2 ਮਿੰਟ ਰੁਕ ਜੋਗੀ ਫੇਰ ਕਰ ਲਿਓ ਸਾਡੀ ਖੜ ਜੋ ਮਤਲਬ ਮੈਂ ਵਧਾਈ ਦਿੰਦਾ ਮਾਨਸਾ ਦੀ ਕਮੇਟੀ ਨੂੰ ਜਿਹੜੇ ਸਾਡੇ ਸਾਥੀਆਂ ਨੇ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਨੇ ਇੱਥੇ ਲੜਾਈ ਜੰਗ ਜਾਰੀ ਰੱਖੀ ਆਪਦਾ ਪੂਰਾ ਬਾਖੂਬੀ ਮਤਲਬ ਇੱਥੇ ਪ੍ਰੋਗਰਾਮ ਚਲਾਇਆ ਉੱਥੇ ਵੀ ਸਾਡੀਆਂ ਵਾਕ ਇਹਦੇ 32 ਜਥੇਬੰਦੀਆਂ ਅੱਡ ਦੀ ਤੇ ਸਟੇਜ ਦੀਆਂ ਜਥੇਬੰਦੀਆਂ ਅੱਡ ਉਹ ਕਮੇਟੀ ਨੇ ਕੋਈ ਫੈਸਲਾ ਕਰ ਲਿਆ ਸਟੇਟ ਦੀ ਨੇ ਚਾਹੇ ਕਿਸੇ ਸੀਨੀਅਰ ਲੀਡਰ ਦੇ ਖਿਲਾਫ ਕਰਦਾ ਚਾਹੇ ਜਿਹਨੂੰ ਸਟੇਟ ਤੇ ਬੈਠਣ ਦੇਣਾ ਜਿਹਨੂੰ ਨਹੀਂ ਬੈਠਣ ਦੇਣਾ ਉਹਨੂੰ ਮੰਨਣੀ ਪੈਂਦੀ ਤੇ ਉਹ ਸਾਡੀ ਕਮੇਟੀ ਦੀ ਇੱਥੇ ਵੀ ਜੋ ਕਮੇਟੀ ਨੇ ਫੈਸਲਾ ਕਰਿਆ ਹੈ ਤੇ ਸਾਨੂੰ ਸਾਰੇ ਉਸ ਗੱਲ ਤੇ ਫੁੱਲ ਚੜਾਉਣੇ ਹੋਣ ਚਾਹੀਦੇ ਨੇ ਅੰਦੋਲਨ ਕਿਹੜੀਆਂ ਗੱਲਾਂ ਨਾਲ ਜਿੱਤਿਆ ਜਾਂਦਾ ਮੈਂ ਉਨੀ ਕੁ ਗੱਲ ਤੁਹਾਨੂੰ ਕਰਨੀ ਹੈ ਚਾਰ ਗੱਲਾਂ ਦੇ ਨਾਲ ਅੰਦੋਲਨ ਜਿੱਤਿਆ ਜਾਂਦਾ ਗਾਹਾਂ ਨੂੰ ਜੇ ਲੜੋਗੇ ਨੌਜਵਾਨ ਬੈਠੇ ਸਾਡੇ ਵਾਰ ਚ ਬੈਠੇ ਨੇ ਲੋਕਾਂ ਦਾ ਵੱਡਾ ਇਕੱਠ ਇਸ ਅੰਦੋਲਨ ਦੇ ਸੰਯੁਕਤ ਮੋਰ ਦੇ ਵਿੱਚ ਸਾਰੇ ਭਾਰਤ ਦੇ ਲੋਕਾਂ ਦਾ ਇਕੱਠ ਰਹੇਗਾ ਤਾਂ ਅਸੀਂ ਅੰਦੋਲਨ ਜਿੱਤੇ ਹਾਂ ਦੂਸਰਾ ਖੁਰਾਕ ਸਾਰੇ ਧਰਮਾਂ ਦੀਆਂ ਸੰਸਥਾਵਾਂ ਨੇ ਪਿੰਡਾਂ ਨੇ ਪੂਰੇ ਲੰਗਰ ਚੱਲੇ ਨੇ ਕਾਜੂ ਬਦਾਮ ਲੋਕਾਂ ਤੋਂ ਖਾਧੇ ਨਹੀਂ ਗਏ ਇਸ ਕਰਕੇ ਅਸੀਂ ਅੰਦੋਲਨ ਜਿੱਤਿਆ ਗਿਆ ਤੀਸਰਾ ਮਨੀ ਪੈਸਾ ਦੋ ਸਟੇਜਾਂ ਨੂੰ ਸੰਘੂ ਬਾਰਡਰ ਟਿੱਕਰੀ ਲਗਭਗ 7 ਕਰੋੜ ਰੁਪਇਆ ਆਇਆ ਜਿਹੜਾ 6 ਕਰੋੜ ਖਰਚ ਹੋ ਗਿਆ 1 ਕਰੋੜ ਤੋਂ 3 ਰੁਪਇਆ ਜ਼ਿਆਦਾ ਸੰਯੁਕਤ ਮੋਰਚੇ ਕੋਲ ਹੈਗਾ ਗਾ ਇਸ ਕਰਕੇ ਅਸੀਂ ਅੰਦੋਲਨ ਜਿੱਤਿਆ ਗਾ ਚੌਥਾ ਲੜਨ ਵਾਲੀ ਲੀਡਰਸ਼ਿਪ ਉਹਦਾ ਤਜਰਬਾ ਕਿੰਨੇ ਚਿਰ ਦਾ
ਉਹਨੂੰ ਸਮਝ ਕਿੰਨੀ ਹੈ, ਉਹ ਪ੍ਰਸ਼ਾਸਨ ਨਾਲ ਸਰਕਾਰ ਨਾਲ ਕਿਹੜੇ ਤਰੀਕੇ ਦੀ ਗੱਲ ਕਰ ਸਕਦੀ ਹੈ, ਉਹ ਕਿੰਨਾ ਦੋਲਨ ਨੂੰ ਸ਼ਾਂਤ ਚਲਾ ਸਕਦੀ ਹੈ। ਇਸ ਲੀਡਰਸ਼ਿਪ ਨੇ, ਸੰਯੁਕਤ ਮੋਰਚੇ ਦੀ ਲੀਡਰਸ਼ਿਪ ਨੇ ਉਹ ਕਰਕੇ ਦਿਖਾਇਆ। ਮੇਰੇ ਕਿਸਾਨ ਵੀਰੋ, ਦੋਲਨ ਵੀ ਨਹੀਂ ਜਿੱਤਿਆ ਗਿਆ। ਲੜਨ ਵਾਲੇ ਲੋਕ ਹੁੰਦੇ ਨੇ। ਚੀਨ ਦੇ ਵਿੱਚ ਜਦੋਂ ਰੈਗੂਲੇਸ਼ਨ ਆਇਆ ਸੀ, ਤੁਸੀਂ ਮੰਨ ਜਾਓਗੇ ਵੀ ਡੂਮੜਾ ਮੱਖੀਆਂ ਫੌਜ ਦੀ ਭਰਤੀ ਹੋ ਜਾਣਗੀਆਂ, ਫੌਜ ਭਰਤੀ ਡੂਮੜਾ ਮੱਖੀਆਂ। ਡੂਮੜਾ ਮੱਖੀਆਂ ਤੋਂ ਲੜਾ ਕੇ ਰਾਜੇ ਦੀ ਫੌਜ ਤੋਂ ਹਥਿਆਰ ਸਟੈ ਲੈਂਦੀ ਗਈ। ਤੇ ਜਿਹੜੇ ਲੋਕ ਸਾਡੇ ਉੱਥੇ ਗੱਲ ਕਹਿੰਦੇ ਸੀ ਮੁੰਡੇ ਲੀਡਰ, ਇਹਨਾਂ ਦੀਆਂ ਲੱਤਾਂ ਨੀ ਭਾਰ ਚੱਲਦੀਆਂ, ਇਹਨਾਂ ਤੋਂ ਕੀ ਕਰਨਗੇ ਲੀਡਰ, ਵੇਚ ਜਾਣਗੇ ਦੋਨੋਂ ਨੂੰ, ਇਹਨਾਂ ਨੂੰ ਗੱਲ ਕਰਨ ਦਾ ਪਤਾ ਨੀ। ਪਰ ਮੈਂ ਉਹਨਾਂ ਨੂੰ ਇੱਕ ਗੱਲ ਕਹਿ ਰਿਹਾ, ਚਲੋ ਸੱਚੀ ਕੋ ਮੇਰੀਆਂ ਲੱਤਾਂ ਦਾ ਭਾਰ ਚੱਲਦੀ ਨੀ, ਮੈਂ ਲੱਗਣਾ ਹੋਣੀ ਹੋਣੀ ਹੋਈਦਾ ਨੀ। ਪਰ ਤਜਰਬਾ ਕੀ ਕਰਕੇ ਦਿਖਾ, ਇੱਕ ਗੱਲ ਕਰਕੇ ਸਮਾਪਤ ਕਰਨੀ ਹੈ। ਜਿਵੇਂ ਮੱਖੀਆਂ ਤੋਂ ਲੜਾਈ ਕਰਕੇ ਤਿਆਰ ਸਿੱਟੇ, ਇੱਕ ਸਾਥੀ ਨੇ ਰਾਏ ਦਿੱਤੀ ਵੀ ਪਾਰਲੀਮੈਂਟ ਦਾ ਇਜਲਾਸ ਹੋਣ ਜਾ ਰਿਹਾ, ਚਿੱਠੀ ਕਿਉਂ ਨਾ ਕੱਢੀ ਜਾਵੇ, 32 ਜਥੇਬੰਦੀਆਂ ਚ ਪਾਸ ਹੋ ਗਈ, ਸੰਯੁਕਤ ਮੋਰਚੇ ਚ ਪਾਸ ਹੋ ਗਈ। ਤੇ ਜਦੋਂ ਚਿੱਠੀ ਲਿਖਣ ਲੱਗਿਆ, ਪਹਿਲਾਂ ਚਿੱਠੀ ਦਾ ਚਿੱਠੀ ਲਿਖਣ ਲੱਗਿਆ, ਸਾਡੇ ਪੜ੍ਹੇ ਲਿਖੇ ਲੀਡਰ ਰਾਜੇ ਵਾਲਾ ਉਹਨੇ ਚਿੱਠੀ ਕਿਉਂ ਕੱਢੀ ਹੈ, ਕਹਿੰਦਾ ਬੇਪਜਾਰੀ ਨਾ ਕਰਦੀ ਹੈ, ਰਾਏ ਦੇਣੀ ਚਿੱਠੀ ਕੱਢਣਾ ਤੇ ਸਾਡੇ ਲੀਡਰ ਦਾ ਪੜ੍ਹੇ ਲਿਖੇ ਹੋਣਾ, ਵਿਰੋਧੀ ਧਿਰ ਨੂੰ ਬੇਪਜਾਰੀ ਕਰਤਾ 13 ਦਿਨ। ਜਿਵੇਂ ਮਖਿਆਲ ਦੀਆਂ ਮੱਖੀਆਂ ਲੜੀਆਂ ਦੀਆਂ ਨਾ, ਵਿਰੋਧੀ ਧਿਰ 13 ਦਿਨ ਖੜੀ ਲੱਤ ਰੱਖੀ, ਮੋਦੀ ਨੂੰ ਬੋਲਣ ਨਹੀਂ ਦਿੱਤਾ, ਮੋਦੀ ਨੂੰ ਮੇਰੇ ਵੀਰੋ ਬੋਲਣ ਨਹੀਂ ਦਿੱਤਾ। ਇਹ ਕਹਿੰਦੇ ਨੇ ਲੀਡਰਾਂ ਦੀ ਸਿਆਣਪ ਦੂਜਿਆਂ ਤੋਂ ਕੰਮ ਲੈਣਾ। ਬਰਾਬਰ ਤੇ ਜਲਾਸ ਸੱਦਿਆ, ਸਾਡੇ ਅਨਪੜ੍ਹ 200 ਸਾਡਾ MP ਚੁਣ ਕੇ ਜਾਵੇ, 7 ਘੰਟੇ ਉਹ ਭਾਸ਼ਣ ਕਰਨ ਤੇ ਚੁਣੇ ਹੋਏ ਨੇਤਾ ਪਾਰਲੀਮੈਂਟ ਦੇ ਰਾਜ ਸਭਾ ਦੇ 20 7 ਘੰਟੇ ਆ ਕੇ ਸਾਡੇ ਲੀਡਰਾਂ ਦੇ ਵਿਚਾਰ ਸੁਣ ਕੇ ਜਾਣ, ਉਹਨਾਂ ਨੂੰ ਬੋਲਣ ਨਹੀਂ ਦਿੰਦੇ ਸੀ। ਇਹ ਕਹਿੰਦੇ ਨੇ ਲੀਡਰਸ਼ਿਪ ਦੀ ਮਤਲਬ ਸਿਆਣਪ ਤੇ ਉਹਨਾਂ ਨੂੰ ਮੂਹਰੇ ਬਹਾ ਲਿਆ, ਜਿਹੜੇ ਰਾਸਤਾ ਵਾਲੇ ਲੋਕ ਹੁੰਦੇ ਨੇ ਉਹਨਾਂ ਨੂੰ ਮੂਹਰੇ ਬਹਾ ਲਿਆ। ਅਗਲੀ ਗੱਲ, ਅਸੀਂ ਤੁਹਾਨੂੰ ਇੱਕ ਸੁਨੇਹਾ ਦਿੱਤਾ, ਤੁਸੀਂ ਸਾਡੇ ਸਾਰੇ ਸੁਨੇਹੇ ਮੰਨੇ ਸੰਯੁਕਤ ਮੋਰਚੇ ਦੇ, ਪਰ ਇੱਕ ਸੁਨੇਹੇ ਤੋਂ ਤੁਸੀਂ ਸਾਨੂੰ ਜਵਾਬ ਦਿੱਤਾ, ਤੁਹਾਡੀ ਗੱਲ ਮੰਨਾਂਗੇ। ਮੇਰੀ ਪ੍ਰਧਾਨਗੀ ਹੋਈ ਉੱਥੇ, ਬਾਕੀ ਦੇ ਫੈਸਲਾ ਕਰ ਲਿਆ ਵੀ 3 ਪਾਰਟੀਆਂ ਤੋਂ ਸਵਾਲ ਪੁੱਛਾਂਗੇ ਤੇ ਭਾਰਤੀ ਜਨਤਾ ਪਾਰਟੀ ਨੂੰ ਪਿੰਡਾਂ ਚ ਨਹੀਂ ਵੰਡ ਦਿੰਦੇ। ਜਦੋਂ ਤੁਹਾਡੇ ਕੋਲ ਇਹ ਸੁਨੇਹਾ ਆਇਆ, ਤੁਸੀਂ ਕਿਹਾ ਕੋਈ ਸਵਾਲ ਸਬੂਲ ਨਹੀਂ ਪੁੱਛਣੇ, ਪਿੰਡਾਂ ਚ ਨਹੀਂ ਵੰਡ ਦਿੰਦੇ ਸੀ ਉਹਨਾਂ ਨੂੰ। ਫਿਰ ਅਸੀਂ ਲੀਡਰਸ਼ਿਪ ਬਹਿ ਕੇ ਫਿਰ ਫੈਸਲਾ ਕਰਿਆ,